दोस्तों मैं हाँ तुहाड़ा अपना गायक लैंबर हुसैनपुरी, तुसी देख रहे हो चैनल पंजाब शान पंजाब दी। कोटकपुरा गोलीकांड विच गिरफ्तार किए गए आईजी परमराज उमरा नंगल, जो कि न्यायिक हिरासत विच चल रहे ने, जिन्हां द्वारा फरीदकोट दी सैशन कोर्ट विच अपनी जमानत दी अर्जी दायर कीती सी, जिस ते अदालत विच बहस होई, जिस दे बाद मानयोग अदालत द्वारा फैसला सुरक्षित रख लिया गया। उमरा नंगल दे वकील गुरसाहिब सिंह बराड़ ने दस्या है कि साडे द्वारा अदालत विच अपना पक्ष रख्या गया। बहस सुन लिया जी अदालत ने दोनों धिरां दी, दोनों पक्षां दी। सरकार कहिंदी है बेल ना होवे, जिहड़ा डिफेंस काउंसल सी ओह कहिंदे सी बेल होनी चाहीदी क्योंकि इहनूं कोई एट्रीब्यूशन नहीं गी, कोई एफ आई आर च ना नहीं गा, फरदर रिक्वायर किसी तरह की लोड़ नहीं गई, इस करके बेल होनी चाहिए है। बाकी कोर्ट का ऑर्डर है जी, कल तो रख लिया कोर्ट ने। सर किसी होर मामले च भी दसा जा रहा कि इन्होंने इनवॉल्व किया जा रहा है, जिस तरह कि बैबल मामले में? देखो सुन सुनी सुनाई गल है, कोई हजे रिकॉर्ड से तो कोई गल आई नहीं गई, हो सकता सरकार कर ले उस पास भी लै जाए, हजे कुछ कह नहीं सकते। अनऑफिशियली कह रहे हैं भी उन्होंने इनवॉल्व कर रहे हैं, पर हजे ऑफिशियली कोई रिकॉर्ड इस तरह का कोर्ट च नहीं दिता भी जिदे तो शो हो कि इन्होंने उस केस भी इनवॉल्व कर लिया। ਭੜਕਾਊ ਕੰਮ ਹੋਇਆ ਸਾਰਾ ਉਹ ਸ਼ਾਂਤਮਈ ਧਰਨੇ ਨੂੰ ਖਦੇੜਨ ਦੇ ਟਾਈਮ ਜੋ ਜੋ ਇਹਨਾਂ ਨੇ ਜਿਹੜੇ ਹੈਗੇ ਆ ਐਕਸੈਸਿਵ ਪਾਵਰ ਜਿਹੜੀ ਅਨਆਥੋਰਾਈਜ਼ ਤਰੀਕੇ ਨਾਲ ਯੂਜ਼ ਕੀਤੀਆਂ ਉਹਦੇ ਬਾਬਤ ਜਿਹੜੀ ਹੈਗੀ ਹੈ ਬਹਿਸ ਹੋਈ ਹੈ। ਮਾਣਯੋਗ ਅਦਾਲਤ 'ਚ ਜਿਹੜੇ ਜਿਹੜੇ ਇਹਦੇ ਫੈਕਟ ਸੀਗੇ ਜਾਂ ਤਫਤੀਸ਼ ਦੇ ਦੌਰਾਨ ਜਿਹੜੇ ਆਏ ਹੈ ਉਹ ਦੱਸੇ ਗਏ ਨੇ, ਜਿਸ ਕਰਕੇ ਮਾਣਯੋਗ ਅਦਾਲਤ ਨੇ ਆਪਣਾ ਫੈਸਲਾ ਜਿਹੜਾ ਹਲੇ ਸੁਰੱਖਿਅਤ ਰੱਖਿਆ ਅਤੇ ਉਹ ਵੀ ਜਿਹੜਾ ਹੈਗਾ ਜੋ ਮਾਣਯੋਗ ਅਦਾਲਤ ਤੋਂ ਫੈਸਲਾ ਸੁਣਾਏਗੀ ਉੱਥੋਂ ਦੱਸਿਆ ਜਾਊਗਾ। ਸਰ ਇਸ ਵਿੱਚ ਬਚਾਅ ਪਕਸ਼ ਵਕੀਲ ਵੱਲੋਂ ਕੋਈ ਆਪਣੇ ਤੱਥ ਪੇਸ਼ ਕੀਤੇ ਗਏ ਉਮਰਾ ਨੰਗਲ ਦੇ ਮਾਮਲੇ 'ਚ? ਉਹਨਾਂ ਨੇ ਤਾਂ ਜਿਹੜੇ ਹੈਗੇ ਇਹੀ ਗੱਲ ਕਹੀ ਹੈ ਵੀ ਇਹ ਜਿਹੜੇ ਹੈਗੇ ਉੱਥੇ ਜਿਹੜੇ ਬੁਲਾਏ ਗਏ ਸੀ ਜਿਹੜੇ ਹੈਗੇ ਵੀ ਆਥੋਰਾਈਜ਼ ਤਰੀਕੇ ਨਾਲ ਉੱਥੇ ਮੌਜੂਦ ਸੀ, ਜਿਹੜੇ ਕਿ ਇਹਨਾਂ ਨੇ ਕੋਈ ਐਕਸੈਸਿਵ ਪਾਵਰ ਜਿਹੜੀ ਆਪਣੀ ਯੂਜ਼ ਨਹੀਂ ਕੀਤੀ ਅਤੇ ਬਿਲਕੁਲ ਸਹੀ ਢੰਗ ਨਾਲ ਜਿਹੜਾ ਆਪਣਾ ਇਹਨਾਂ ਨੇ ਕੰਮ ਕੀਤਾ। ਬਟ ਸਾਡੇ ਵੱਲੋਂ ਜਿਹੜੀ ਤਫਤੀਸ਼ ਦੌਰਾਨ ਜਿਹੜੇ ਤੱਥ ਆਏ ਨੇ ਉਹਦੇ ਵਿੱਚ ਤਾਂ ਬਿਲਕੁਲ ਹੀ ਇਸੇ ਉਲਟ ਹੈ ਵੀ ਇਹਨਾਂ ਦੀ ਜਿਹੜੀ ਹੈਗੀ ਕੋਆਪਰੇਸ਼ਨ ਸਾਨੂੰ ਇਨਵੈਸਟੀਗੇਸ਼ਨ 'ਚ ਬਿਲਕੁਲ ਨਹੀਂ ਹੈ ਅਤੇ ਜਿਹੜੇ ਸਾਡੇ ਵੱਲੋਂ ਤਫਤੀਸ਼ 'ਚ ਆਉਣ ਦੇ ਕਾਰਨ ਇਹ ਹੈ ਵੀ ਅਨਆਥੋਰਾਈਜ਼ ਤਰੀਕੇ ਨਾਲ ਉੱਥੇ ਮੌਜੂਦਗੀ ਅਤੇ ਲੋਕਾਂ ਨੂੰ ਸ਼ਾਂਤਮਈ ਧਰਨਾ ਕਰਦਿਆਂ ਨੂੰ ਖਦੇੜਨ ਦੇ ਲਈ ਜੋ ਕਿ ਕੰਮ ਕੀਤੇ ਹੋਏ ਹੈ ਉਸ ਤੋਂ ਜਿਹੜਾ ਹੈਗਾ ਇਹ ਜਿਹੜਾ ਸਾਰੀ ਘਟਨਾ ਵਾਪਰੀ। ਇਸਦਾ ਫੈਸਲਾ ਮਾਣਯੋਗ ਅਦਾਲਤ ਨੇ ਸੁਰੱਖਿਅਤ ਰੱਖਿਆ, ਕੀ ਪਤਾ ਅੱਜ ਸੁਣਨਾ ਹੈ ਜਾਂ ਮਾਣਯੋਗ ਅਦਾਲਤ ਜੇ ਮੁਨਾਸਿਬ ਸਮਝੂਗੀ ਤਾਂ ਫਿਰ ਇਹਦਾ ਫੈਸਲਾ ਕੱਲ੍ਹ ਦਾ। ਜ਼ਿਕਰਯੋਗ ਹੈ ਕਿ ਸਿੱਟ ਵੱਲੋਂ ਕਾਰਵਾਈ ਕਰਦੇ ਹੋਏ ਪੁਲਿਸ ਦੇ ਵੱਡੇ ਅਧਿਕਾਰੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ ਅਤੇ ਹੁਣ ਅਗਲਾ ਨਿਸ਼ਾਨਾ ਬਾਦਲ ਪਰਿਵਾਰ ਨੂੰ ਮੰਨਿਆ ਜਾ ਰਿਹਾ। ਕੋਟਕਪੁਰਾ ਤੋਂ ਜੁਗਤਾਰ ਦੁਸਾਂਝ ਦੀ ਰਿਪੋਰਟ, ਚੈਨਲ ਪੰਜਾਬ। ਲੇਟੈਸਟ ਅਪਡੇਟਸ ਸਭ ਤੋਂ ਪਹਿਲਾਂ ਦੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬ ਤੇ ਪ੍ਰੈਸ ਕਰੋ ਬੈਲ ਆਈਕਨ।